सत श्री अकाल दोस्तों, मैं रिशम सिंह दादू, तुसी देखदे हो RDN न्यूज़ चैनल। 15वां कबड्डी टूरनामेंट पिंड फसराला विखे सानो शौकत नाल होया संपन्न। कबड्डी 85 किलो भार वर्ग विच फसराला फास्ट ते कोट भाई सैकेंड, ओपन कबड्डी विच भगता भाई फास्ट ते रूड़े के सैकेंड। वैस्ट रेडर ते जाफी नूं सुखा सिंह ग्रुप फसराला वालों 21,000 दे नगद इनाम दित्ते गए। बाबा जीवन सिंह स्पोर्ट्स क्लब फसराला वालों कबड्डी टूरनामेंट 27-28 फरवरी अते 1 मार्च नूं NIA वीरां ग्राम पंचायत समूह नगर निवासियां फसराला दे संयोग नाल 15वां कबड्डी टूरनामेंट करवाया गया, जिस विच नामी टीमां ने भाग लिया। चौंकी इंचार्ज हरवंत सिंह मान वालों सिक्योरिटी दे पुख्ता इंतजाम प्रबंध किए गए। अज दे मुकाबले विच कबड्डी 85 किलो भार वर्ग विच फसराला फास्ट ते कोट भाई सैकंड रहे। ओपन मुकाबले विच ब्लाक पद्धर दीआं 60 टीमां ने भाग लिया। मुकाबला पूरा फसमां रहे, जिहदे विच भगता फास्ट ते रुड़ेके सैकंड रही। ओपन वैस्ट ते रेडर ते जाफी नूं फसराला ग्रुप वालों 21,000 रुपये दे नगद इनाम दे के सन्मान किया गया। इस मौके सुखपाल सिंह पाला क्लब प्रधान दे पिता विशेष सन्मान किया गया। कमेंटर अमरीक सिंह खोसा कोटला दा विशेष सन्मान किया गया। उत्थे ही गुरमीत सिंह साबका फौजी विशेष तौर पर यादगारी चिन्ह दे के सन्मान किया गया, जो कि बच्चों नूं फ्री ट्रेनिंग देण दीआं नगर फसराला विच बड़ियां सेवां निभा रहे हन। अज दे फाइनल मैच मुकाबले फसमें रहे, दर्शकों ने पूरा जोश नाल मैच का खूब आनंद माणिया। क्लब प्रधान सुखपाल सिंह पाला ते क्लब मैंबरां वालों जसवंत सिंह अते NIR भरावां दा सेवा सोसायटी ग्राम पंचायत नगर फसराला संजोगी सज्जना ते सारे मीडिया का धन्यवाद किया गया। आओ देखते हैं साढ़े संजोगी बहादुर सोनी की पूरी रिपोर्ट। ਉਧਰਲੇ ਪਾਸੇ ਸ਼ੌਕ ਜੱਟੋ, ਉਹ ਲਾਈਨਮੈਨ ਜ਼ਰੂਰ ਆ ਜਾਵੇ ਸ਼ੌਕ ਜੱਟੋ ਵਾਲਾ। ਆਹ ਕਹਿੰਦੇ ਡਬਲ ਹੈ ਪਰ ਪੁਆਇੰਟ ਇਸ ਵੇਲੇ ਪਦਰੇ ਬਲੂਰ ਦੇ ਮੇਲੇ ਵੇਲੇ ਸੁਨੇਹੇ ਆ ਰੇਡ ਪੈਂਦੀ ਬੋਲ ਵੱਡੇ ਭਾਈ ਦੇ। ਆਹ ਕਹਿੰਦੇ ਸਾਹਮਣੇ ਪੱਟੂ ਦੀ ਰੇਡ ਦੋ, ਹੋ ਭਗਤੇ ਵਾਲਾ, ਹੋ ਭਗਤੇ ਵਾਲਾ ਰੁਬਣਾ ਲੱਗਿਆ ਹੋਇਆ ਜੋ ਹੋ ਪਾ ਹੋ ਕਪਰੂਆ। ਇਧਰਲੇ ਪਾਸੇ ਭਗਤੇ ਵਾਲੇ ਨੇ ਕਹਿੰਦੇ ਬੱਲੇ ਬੱਲੇ ਗਰਾਂਟੀ ਹੈ, ਉਹਦੇ ਯੋਗਦਾਨ ਹੋਣਗੇ। ਕੁਲਬੀਰ ਬਰਾੜ ਯੂਕੇ, ਜਸਪ੍ਰੀਤ ਆਸਟ੍ਰੇਲੀਆ, ਮਨਸ਼ੇਰ ਗਿੱਲ ਆਸਟ੍ਰੇਲੀਆ ਤੇ ਜਸਵੰਤ USA ਉਹ ਮੁਬਾਰਕਬਾਦ ਬੋਲਦੀ ਕਰਦੇ ਨੇ। ਹੋ ਰੋਡ ਹੋ ਕਮੇ ਲਾਠ ਪਿੰਡਾ ਬਦਰੇ ਵਾਲਾ ਨਿੱਕਾ ਰੇਡ ਪਾਉਣ ਦੇ ਲਈ ਵਧਿਆ ਹੋਇਆ। ਆਓ ਦੇਖੋ ਸਾਹਮਣੇ ਚਾਰ ਨੇ, ਬੋਰਡ ਦੇ ਉੱਪਰ ਧਿਆਨ ਮਾਰੀਏ, 7.5 4 ਕੋਈ ਜ਼ਿਆਦਾ ਫਰਕ ਨੀ ਰਾਮੇ ਵਾਲਿਆ, ਪਰ ਇਹ ਆਪਾਂ ਨੂੰ ਲੱਗਦਾ ਹੈ, ਉਹਨਾਂ ਨੂੰ ਪੁੱਛ ਕੇ ਦੇਖ। ਆਓ ਸਾਹਮਣੇ ਇੱਕ ਇੱਕ ਨੰਬਰ ਜ਼ਰੂਰੀ ਹੈ, ਇੱਕ ਇੱਕ ਨੰਬਰ ਦੇ ਲਈ ਜੂਗਦੇ ਆ ਲੱਭਣ ਲਈ ਮੁੰਡਾ ਇਸ ਵੇਲੇ ਫਿਰ ਤਿਆਰ ਹੈ। ਨਾ ਵੀ ਸਰਾਮਾ ਵਾਲਿਓ, ਜੇ ਢਾ ਕੇ ਹਿੱਕ ਦੇ ਮੱਥੇ ਤੇ ਕੱਲ ਫੇਰ ਬਣਦੀ ਆ। ਉਹ ਭਗਤਿਆਂ ਨੇ ਆ ਪਲੇਅਰ ਬੜੀ ਦੂਰੋਂ ਸੱਦੇ ਆ ਵੀ ਆਪਾਂ ਪੱਥਰਾਲੇ ਦਾ ਮੇਲਾ ਉਹ ਜਿੱਤਣਾ। ਆ ਟੱਕਰ ਕਹਿੰਦੇ ਸਿਰੇ ਦੀ ਹੈ, ਪਰ ਨੰਬਰ ਲੈ ਕੇ ਵਾਪਸ ਮੁੜਦਾ ਹੋਇਆ ਹੋਇਆ ਆ ਗਿਆ ਛੰਨਾ ਵਾਲਾ ਬਾਈ। ਉਹ ਸਾਹਮਣੇ ਕਹਿੰਦੇ ਭੂਰੀ ਦਾ ਵੀ ਰੋਡ ਤੇ ਟੱਲਾ ਜਥੇ ਆਓ ਪੱਲੇ ਬੱਲੇ ਕਰਾਉਂਦਾ ਹੋਇਆ ਪਾਵੇ ਕਪਰੂਆਂ ਨੇ ਰਿਸ਼ਾ ਦੇ ਰਿਹਾ ਐਂਡ ਕਹਿੰਦੇ ਚੋਟੀ ਦਾ ਜਫਲ ਆਓ ਪੱਲੇ ਬੱਲੇ ਕਰਾਉਂਦੀ ਆ। ਦੇਖਦਾ ਕਬੱਡੀ ਪਾਉਣ ਦੇ ਲਈ ਵਧਾ ਇਧਰਲੇ ਪਾਸੇ ਭਗਤੇ ਵਾਲਾ ਰਮਣਾ ਪਰ ਨੰਬਰ ਹਾਓ ਰੇਡਰ ਲਈ ਜੁੜਦਾ ਹੋਇਆ ਇਹ ਕਹਿੰਦੇ ਵੀ ਕਹਿੰਦੇ ਸਾਡੇ ਵੀਰੋ ਆਓ ਵੀਰਾ ਮਲੇਸ਼ੀਆ ਵਾਲਾ ਦਾਤੇ ਵਾਸ ਵਾਲੇ ਨੇ ਜਦੋਂ ਟੂਰਨਾਮੈਂਟ ਕਰਾਇਆ ਇਹਨਾਂ ਦੀ ਟੀਮ ਨੇ ਬਾਜੀ ਮਾਰੀ ਆ ਇਹ ਬੈਸਟ ਰਿਹਾ। ਪਹਿਲੇ ਪਾਸੇ ਕਹਿੰਦੇ ਦੁੱਲੋਵਾਲ ਦੇ ਟੂਰਨਾਮੈਂਟ ਦੀ ਸੈਕਿੰਡ ਵੱਡੇ ਵੱਡੇ ਕਹਿੰਦੇ ਵੀ ਰੇਡਰਾਂ ਨੂੰ ਜੱਫੇ ਲਾ ਕੇ ਆ ਕਹਿੰਦੇ ਆਹ ਰਣੀਏ ਦਾ ਵੀਰਾ ਦੜਵੇ ਵਾਲੇ 37 ਨਾਲ ਟੱਕਰ ਹੈ। ਪੁਆਇੰਟ ਅੰਕਿਤ ਲਾਠ ਪਿੰਡ ਵਾਲਾ ਅੱਜ ਖੇਡ ਮੈਦਾਨ ਦੇ ਸ਼ੁਰੂ ਹੋਇਆ ਹੈ। ਉਧਰਲੇ ਪਾਸੇ ਭਗਤੇ ਵਾਲੇ ਉਹ ਕਹਿੰਦੇ ਚਾਰ ਦੇ ਚਾਰੇ ਕਹਿੰਦੇ ਕਿਉਂ ਬੰਦੇ ਨਾਲ ਸਕਾਰਪੀਓ ਨਾਲ ਵੱਡਾ ਮਾਨ ਸਨਮਾਨ ਹੋਣਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ। ਬਹੁਤ ਵੱਡਾ ਸਾਡੇ ਪ੍ਰਸਿੱਧ ਬੁਲਾਰੇ ਭਾਈ ਮਰੀਕ ਚਾਹੇ ਅਮਨ ਚਾਹੇ ਗੱਲ ਰੁਪਿੰਦਰ ਦੀ ਚਾਹੇ ਪ੍ਰੋਫੈਸਰ ਸਾਹਿਬ ਹਰ ਚਾਹੇ ਕਾਲੇ ਵਰਗੇ ਦੀ ਗੱਲ ਚਾਹੇ ਸਤਪਾਲ ਦੀ ਗੱਲ ਚਾਹੇ ਸੰਧੂਆਂ ਦੀ ਗੱਲ ਇਹਨਾਂ ਵੀਰਾਂ ਦਾ ਬਹੁਤ ਧੰਨਵਾਦ ਆ। ਲਓ ਪਈ ਹੋਈ ਟੀਮਾਂ ਤੇ ਇਧਰਲੇ ਪਾਸੇ ਅਮਰੀਕ ਆ ਅਮਰੀਕ
कोटड़े वाले ने सीरे ने मैनू लगता बेरी बाला पंकज ने फट लिया है रिश्ते दा होर पथेरे ने रिश्ता नहीं कोई मां वर्गा ला रख दी नाल कलेजे ने रिश्ता नहीं कोई मां वर्गा रिश्ते दा होर पथेरे ने रिश्ता नहीं कोई मां आओ फेर कलविंदर हाँ पर परे वाला आओ फड़ लिया बिकर ने फड़ लिया बच के चली दड़बे आले निगाह पथराला दे कोट भाई दी टीमां जिहड़ियां ਉਹ ਜ਼ਰੂਰ ਬਲਾਕ ਤੇ ਜਲਦੀ ਆ ਜਾਣੀਆਂ ਇਧਰਲੇ ਪਾਸੇ ਕਹਿੰਦੇ ਕਬੱਡੀ ਪੈ ਚੁੱਕੀ ਹੈ ਹਾਂ ਮੁੰਡਾ ਖੇਡ ਦੇ ਮੈਦਾਨ ਵਿੱਚ ਵਧਿਆ ਹੋਇਆ ਹੈ ਹੋ ਜੱਸੀ ਵਾਲੇ ਕਹਿੰਦੇ ਚਾਰ ਨੇ ਤੇ ਚਾਰੇ ਕਹਿੰਦੇ ਹੋ ਚਾਰ ਵਰ ਚਾਰ ਨੇ ਚੋਟੀ ਵਾਲਾ ਮੈਚ ਅਮਰੀਕ ਹਾਂ ਚੋਟੀ ਚੁੱਟ ਕੇ ਮਲ ਪੁੱਜੇ ਹੋਵੇ ਇਧਰ ਪੱਟਾਂ ਦੇ ਥਾਪੀਆਂ ਵੱਜਦੀਆਂ ਹੁਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਇਹਦੇ ਸਮਾਂ ਦੇ ਸੂਬਰੇ ਮਿੱਤਰੋ ਉਹ ਪੈਂਦੀ ਹੈ ਕਬੱਡੀਆਂ ਦੇ ਚੜ ਚੜ ਕੇ ਦੇਖਦਾ ਜਮਾਨਾ ਜੀ ਖੜ ਖੜ ਕੇ ਕੌਣ ਖਿੱਚੂ ਗਿੱਟੇ ਇਹਦਾ ਜਾਦੂ ਨਾ ਹੈ ਪਰ ਜਾਦੂ ਕਹਿੰਦੇ ਖੀਵੇ ਵਾਲਾ ਹੈ ਅਮਰਤ ਦੀ ਚੜਾਈ ਹੈ ਕਬੱਡੀ ਦੀ ਦੁਨੀਆਂ ਦੇ ਵਿੱਚ ਹੋ ਮੁੰਡੇ ਦੀ ਮੰਗ ਹੈ 85-90 ਕਿਲੋ ਦੇ ਵਿੱਚ ਹੋ ਨਾਥੇ ਵਾਲੀਆਂ ਵਰਤੋ ਹੋ ਕਰਦਾ ਦੋ ਹੱਥ ਹੋ ਲੱਗਿਆ ਹੋਇਆ ਜ਼ੋਰ ਹੋ ਗਈ ਬੱਲੇ ਬੱਲੇ ਹੋ ਟੱਕਰ 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 ਬਾਹੇ ਕਿਬਰਵਾੜੀ ਉਰੀਸਾ ਐਨ ਚੋਟੀ ਵਾਲਾ ਮੈਚ ਅਗਲੀ ਰੋਡ ਤੇ ਬੈਕ ਤੇ ਅਮਰੀਕ ਆਹ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਧਰ ਪੋਲੇ ਪੋਲੇ ਕਦਮ ਟਿਕੇ ਹੋਏ ਹੈ ਵਿਰੋਧੀਆਂ ਦਾ ਬੇੜਾ ਬਗਾਂਦਾ ਪਿੰਡ ਹੈ ਬਗਾਂਦਾ ਘਰ ਹੈ ਉਹ ਬਾਹੋ ਗੱਭਰੂ ਅੱਡੇ ਰੇਸਾ ਹਲਕਾ ਟੱਚ ਫੁੱਲ ਵਰਗਾ ਨੰਬਰ ਜਿਹੜਾ ਰੇਡਰ ਦੇ ਹਿੱਸੇ ਅਗਲੀ ਕਬੱਡੀ ਸ਼ਮਸ਼ੇਰ ਕਰਖੋ ਗੱਲ ਮੁੰਡੇ ਦੀ ਉਹ ਕਹਿੰਦੇ ਬਿੱਕਰ ਨਾ ਹੋ ਤਿੱਖੀ ਵਾਲਾ ਬਿੱਕਰ ਕਬੱਡੀ ਪਾ ਰਿਹਾ ਹੈ ਉਧਰਲੇ ਪਾਸੇ ਪੈਂਦੀ ਹੋਈ ਰੋਡ ਉਹ ਸ਼ਨੀ ਕਹਿੰਦੇ ਬਾਗੀ ਵਾਲਾ ਆਇਆ ਹੋਇਆ ਹੈ ਕਬੱਡੀ ਕਹਿੰਦੇ ਬਿੱਕਰ ਰਹੀ ਹੈ ਉਹ ਤਿੱਖੀ ਵਾਲਾ ਕਬੱਡੀ ਪਾ ਰਿਹਾ ਇਹ ਡੋਗਰ ਦੇ ਪਿੰਡਾਂ ਦਾ ਇਹ ਗੁਰਪ੍ਰੀਤ ਦੇ ਪਿੰਡਾਂ ਦਾ ਇਹ ਬੂਟੇ ਦੇ ਪਿੰਡਾਂ ਦਾ ਉਹ ਸਾਹਮਣੇ ਨਾਥੇ ਵਾਲੀਆਂ ਛੇੜਦੇ ਹੋ ਵਾਹ ਓਏ ਕਬਰੂਆ ਬਈ ਉਰੀਸਾ ਤਾਂ ਬਿੱਕਰ ਨੰਬਰ ਆਪਣੀ ਟੀਮ ਦੇ ਲਈ ਛੋੜ ਬੀਤੇ ਹੋਇਆ ਕੱਲ ਨਹੀਂ ਦੱਸਦੇ ਪਾਲਾ ਪ੍ਰਧਾਨ ਜੀ ਆਉਣਗੇ ਗਰਾਊਂਡ 'ਚ ਪਾਲਾ ਪ੍ਰਧਾਨ ਜੀ ਉਧਰ ਗੀਤਾ ਬਰਾੜ ਤੇ ਗੁਰਪ੍ਰੀਤ ਸਾਰ ਕੁਝ ਦਾ ਕਹਿੰਦੇ ਕੱਪ ਦੇ ਨਾਲ ਬਸ਼ੇ ਸਨਮਾਨ ਹੋ ਰਿਹਾ ਹੈ ਰੂੜੇ ਕਿਤੇ ਭਗਤਾ ਜਲਦੀ ਸ਼ੁਰੂ ਕਰੀਏ 85 ਗੱਲਾਂ ਪ੍ਰਾਈਜ਼ ਦੇ ਹੋਵੇ ਟੀਮਾਂ ਨੇ ਜਾਣਾ ਹੈ